ਖਰੀਦਰ ਵਾਰਦਾ ਤਿਆਏ ਆਪਣੇ ਚਰਨਾਂ ਦਾ ਬਖਸ਼ੋ, ਪਿਆਰ ਦਾ ਤਿਆਏ ਆਪਣੇ ਚਰਨਾਂ ਦਾ ਬਖਸ਼ੋ, ਪਿਆਰ ਦਾ ਤਿਆ। ਓਮ ਬਾਪੂ ਨੰਦਾ ਚੋਰ ਵਾਹ ਵਾਲਿਆ ਆਪਕੀ ਸਦਾ ਹੀ ਜੈ, ਓਮ ਵਾਹ ਸ਼ਹਿਨਸ਼ਾਹ ਕੀ ਸਦਾ ਹੀ। ਵਾਹ ਜੀ ਵਾਹ। ਪ੍ਰਵੀਨ ਜੀ ਬੜਾ ਹੀ ਸੁੰਦਰ ਭਜਨ, ਇਹ ਮੇਰੇ ਭਾਬੀ ਜੀ ਵੰਦਨਾ ਭਾਬੀ ਦਾ ਇਹ ਰਚਿਤ ਹੈਗਾ, ਉਹਨਾਂ ਨੇ ਰਚਿਆ, ਬੜਾ ਸੁੰਦਰ ਲਿਖਿਆ ਹੈਗਾ। ਚਰਨਾਂ ਦਾ ਬਖਸ਼ੋ ਪਿਆਰ ਦਾ ਤਿਆ ਚੋਲੀ ਅੱਡ ਕੇ ਹਾਂ ਖੜੇ। ਇਹ ਮੈਨੂੰ ਇੱਕ ਅੰਤਰਾ ਭਾਬੀ ਜੀ, ਜੇ ਹੋ ਸਕਦਾ ਓਮ ਤਾਂ ਜੈਕਾਰਾ ਲਗਾਓ, ਇਹ ਜੈਕਾਰਾ ਲਗਾਓ ਤੇ। ਬਾਪੂ ਸ਼ਰਦਾ ਰਾਮ ਜੀ ਮਹਾਰਾਜ ਆਪਕੀ ਸਦਾ ਅੱਛਾ ਹੀ ਜੈ। ਅੱਜ ਤੁਹਾਡਾ ਜੈ ਉਹ ਬਾਪੂ ਪੜਿਆ ਦੀ, ਆਪਣੇ ਚਰਨਾਂ ਜੈ ਦਾ ਬਾਪੂ ਬਖਸ਼ੋ ਦੀ ਰੰਗੀਤ, ਪਿਆਰ ਦਾ ਤਿਆ ਹੈ। ਜੈ ਬਾਪੂ ਦੀ, ਹਾਂ ਜੈ ਬਾਪੂ ਦੀ ਜੈ ਬਾਪੂ ਚਾਂਦੀ ਦੀ, ਚਾਂਦ ਲੈ, ਜੈ ਬਾਪੂ ਜੈ ਦੀ ਚਾਂਦ ਬਾਪੂ ਬਾਪੂ ਦੀ ਦੀ, ਜੈ ਆਲੇ। ਬਾਪੂ ਮਹਾਰਾਜ ਕਰੇਗਾ ਆਪਾਂ ਅਰਦਾਸ ਕਰ। ਵੰਨਾ ਭਾਬੀ ਇੱਕ ਅੰਤਰਾ ਆਪਦੇ ਹਾਂਜੀ ਮੁਖਾਰਵਿੰਦ ਤੋਂ ਸੁਣਾ ਦਿਓ, ਜਿਵੇਂ ਦ੍ਰੋਪਦ ਬੜਾ ਹੀ ਮੈਨੂੰ ਇੰਨਾ ਤੂਫਾਨੀ ਲਿਖਿਆ ਤੁਸੀਂ ਨਾ, ਕਮਾਲ ਹੈ, ਰੱਬੀ ਬਾਣੀ ਆਈ ਹੈ। ਇਹ ਗਾਓ ਤੁਸੀਂ ਜਿਵੇਂ ਦ੍ਰੋਪਦਾ ਦੀ, ਥੋੜਾ ਜਿਹਾ ਦੂਰ, ਥੋੜਾ ਪਰੇ ਲਾਜ ਪਿੱਛੇ, ਰੱਖੀ ਰਾਮ ਸ਼ਾਮ ਨੇ ਸੀ, ਜਿਵੇਂ ਦ੍ਰੋਪਦਾ ਜੀ ਇਹਨਾਂ ਨੂੰ ਯਾਦ ਹੈ, ਜਿਵੇਂ ਮੈਂ ਦ੍ਰੋਪਦਾਂ ਦੀ ਲਾਜ ਰੱਖੀ ਸ਼ਾਮ ਨੇ ਸੀ, ਜਿਵੇਂ ਦ੍ਰੋਪਦਾਂ ਦੀ ਲਾਜ ਰੱਖੀ ਸ਼ਾਮ ਨੇ ਸੀ, ਝੂਠੇ ਬੇਰ ਪੀਲਣੀ ਦੇ ਖਾਦੇ ਰਾਮ ਨੇ ਸੀ, ਉਵੇਂ ਦਾਸੀ ਤੇ ਵੀ ਕਰੋ ਉਪਕਾਰ ਦਾ ਤਿਆਇਓ, ਦਾਸੀ ਤੇ ਵੀ ਕਰੋ ਉਪਕਾਰ ਦਾ ਤਿਆਇ ਆਪਣੇ ਚਰਨਾਂ ਦਾ ਚਰਨਾਂ ਬਖਸ਼ੋ, ਪਿਆਰ ਦਾ ਦਾ ਤਿਆਇ ਆਪਣੇ ਚਰਨਾਂ ਦਾ ਬਖਸ਼ੋ, ਪਿਆਰ ਦਾ ਤਿਆ ਚੋਲੀ ਅੱਡ ਕੇ ਹਾਂ ਖੜੇ ਤੇਰੇ ਦੁਆਰ ਦਾ ਤਿਆ ਚੋਲੀ ਅੱਡ ਕੇ ਹਾਂ ਖੜੇ ਤੇਰੇ ਦੁਆਰ ਦਾ ਤਿਆ ਆਪਣੇ ਚਰਨਾਂ ਦਾ ਬਖਸ਼ੋ, ਪਿਆਰ ਦਾ ਤਿਆ ਆਪਣੇ ਚਰਨਾਂ ਦਾ ਬਖਸ਼ੋ, ਪਿਆਰ ਦਾ ਤਿਆ। ਓਮ ਬਾਪੂ ਸ਼ਰਦਾ ਰਾਮ ਜੀ ਮਹਾਰਾਜ ਆਪਕੀ ਮਹਾਰਾਜ ਆਪਕੀ ਸਦਾ। ਸਦਾ ਹੀ ਜੈ। ਬਹੁਤ ਸੁੰਦਰ, ਮੈਂ ਬਿਲਕੁਲ ਕਰਨਗੇ ਬਾਪੂ ਜੀ ਤੁਹਾਡੇ ਤੋਂ ਉਪਕਾਰ ਕਰਨਗੇ, ਮਿਰਕਲ ਕਰਨਗੇ, ਮਹਾਰਾਜ ਭਲੀ ਕਰੇਗਾ। ਬਿਲਕੁਲ ਠੀਕ ਹੋ ਗਏ, ਫਿਰ ਤੁਸੀਂ ਬਾਪੂ ਤਕੜੇ ਹੋ ਜੀ ਵੀ ਸੁਣਾਓਗੇ। ਕਰਨਗੇ, ਥੋੜਾ ਜਿਹਾ ਭਾਬੀ ਦੂਰ ਹੋ ਗਏ, ਥੋੜਾ ਜਿਹਾ ਦੂਰ ਕਰ ਲਓ ਫੋਨ ਨੂੰ ਇਹਦੇ। ਹਾਂ ਹੁਣ ਸਤਿਕਰਤਾ ਚਾਹੁੰਦੀ, ਹੁਣ ਬਹੁਤ ਕੋਈ ਸੋਹਣਾ ਗੱਲ ਬੋਲਿਆ ਕਰਨੀ ਤੇ ਭਜਨ, ਗੱਲ ਕਰ। ਬਹੁਤ ਸੋਹਣਾ ਬਹੁਤ ਬੋਲਿਆ। ਸੁੰਦਰ ਤੇ ਹਾਂਜੀ ਮਿਹਰਬਾਨੀ ਕੱਲ ਜੀ, ਬਈ ਸਾਰੀ ਇਹਨਾਂ ਦਾ ਦੋਤਾ ਜਿਹੜਾ ਸੰਗਤ ਹੈ ਨੂੰ ਜੈ ਰਾਜਵੀਰ, ਬਾਪੂ ਦੇ ਜੀ। ਰਾਜਵੀਰ ਸਿੰਘ, ਰਾਜਵੀਰ ਸਿੰਘ ਇਹਨਾਂ ਦੋਤਾ ਕੱਲ ਪਹਿਲੀ ਵਾਰੀ ਉਧਰ ਆਇਆ ਸੀਗਾ ਇਧਰ ਘਰ। ਹੈ ਗੀਤਾ ਜਿਹੜੀ ਇਹਨਾਂ ਵੀਡੀਓ ਲੈ ਕੇ ਆਈ ਸੀ, ਤੇ ਕੱਲ ਸਾਰੇ ਇਕੱਠੇ ਹੋਏ ਸੀਗੇ ਤੇ ਉਹਨਾਂ ਨੂੰ ਮਹਾਰਾਜ ਸਾਰਿਆਂ ਨੇ ਗੁੱਡ ਬਰਾਬਰ ਵਿਸ਼ਿਜ਼ ਦਿੱਤੀਆਂ, ਨਮਸਕਾਰ ਕੀਤਾ ਤੇ ਭਾਬੀ ਬਹੁਤ ਸੁੰਦਰ ਕੱਲ ਤਗੜੇ ਲੱਗ ਰਹੇ ਸੀ, ਹੁਣ ਬਿਲਕੁਲ ਤਗੜੇ ਹੋ ਜਾਣੇ ਤੇ ਮਹਾਰਾਜ ਕਿਰਪਾ ਕਰੇਗਾ। ਥੈਂਕ ਯੂ ਭਾਬੀ, ਥੈਂਕ ਯੂ ਰਣਜੀਤ ਸਾਹਿਬ, ਮੈਂ ਵਾਹ ਗੁਜ਼ਾਰਿਸ਼ ਕੀਤੀ ਸ਼ਾਰਦਾ ਮੈਂ ਜੀ, ਤੁਹਾਡਾ ਭਜਨ ਚੱਲ ਰਿਹਾ। ਰਣਜੀਤ ਜੀ ਹਾਂ ਜੇ ਉਹਦੇ ਕੋਲ ਜੇ ਬੋਲਿਆ ਨਹੀਂ ਜਾ ਹੈਗਾ ਰਿਹਾ, ਮਨ ਤਾਂ ਤੁਸੀਂ ਸੁਣਾ ਦਿਓ ਫਿਰ ਬੱਜੀ ਬੋਲਿਆ ਨਹੀਂ ਰਾਗੇ ਜਾ ਰਿਹਾ ਰਾਗੇ। ਉਹਦੇ ਤੋਂ।
ਰਾਧੇ ਰਾਧੇ ਸ਼ਾਮ ਮੇ ਰਾਧੇ, ਤੂੰ ਸੁਣਾ ਦਿਓ ਜੋ ਹੈਗਾ ਅੱਛਾ, ਮਨ ਤਾਂ। ਮੇਰੀ ਸਾਰੀ ਸਾਰਿਆਂ ਨਹੀਂ ਜੈ ਬਾਪੂ ਦੀ ਕਰਦੇ ਆ, ਫਿਰ ਕਿਸੇ ਸੁਣਾ ਦਿਆਂਗੇ ਮਾੜਾ ਮੋਟਾ ਆਉਂਦਾ ਓਕੇ, ਨਹੀਂ। ਜੈ ਜੈ ਬਾਪੂ ਦੀ, ਬਾਪ, ਥੈਂਕ ਯੂ ਜੀ ਜੈ ਸਾਰੀ ਬਾਪ, ਸੰਗਤ, ਜੈ ਬਾਪੂ ਜੀ, ਜੈ ਬਾਪੂ, ਜੈ ਬਾਪੂ ਜੀ, ਜੈ ਬਾਪੂ, ਥੈਂਕ ਯੂ ਜੀ, ਥੈਂਕ ਯੂ, ਬਾਏ ਬਸ ਬਾਏ, ਭਲੀ ਸਭ ਨੂੰ ਜੈ ਭਲੀ, ਬਾਪੂ ਜੀ। ਵਾਹ ਜੀ ਠੀਕ ਹੈ, ਕੋਈ ਨਹੀਂ। ਇਹ ਦੇਖੋ ਸਰੀਰ ਦੇ ਚਾਹੁੰਦੇ ਦੀ, ਸਰੀਰ ਦੇ ਜਿਹੜੇ ਰੋਗ ਨੇ ਨਾ, ਤੇ ਦੇਖੋ ਇਹ ਜੀਵਨ ਹੈ, ਜਦੋਂ ਤੁਸੀਂ ਇਨਸਾਨੀ ਚੋਲੇ ਚ ਆ ਗਏ ਤੇ ਉਦੋਂ ਤੁਹਾਨੂੰ ਇਹ ਸਰੀਰ ਦੇ ਤੇ ਕਸ਼ਟ ਆਉਣੇ ਹੀ ਰਹਿੰਦੇ ਨੇ। ਦੇਖੋ ਇਹ ਤਾਂ ਬਸ ਆਤਮਾ ਦਾ ਲੈਵਲ, ਆਤਮਾ ਸਟਰੋਂਗ ਰਹਿਣੀ ਚਾਹੀਦੀ ਹੈ। ਸਰੀਰ ਦਾ ਕੀ ਹੈਗਾ, ਸਰੀਰ ਦਾ ਇਹ ਸਰੀਰ ਤਾਂ ਆਪਾਂ ਕੋਈ ਗੱਲ ਨਹੀਂ, ਫਿਕਰ ਨਹੀਂ ਕਰੀਦਾ, ਮਹਾਰਾਜ ਭਲੀ ਕਰੇਗਾ, ਜੈ ਜੈਕਾਰ ਕਰਾਂਗੇ ਫਿਰ। ਹਾਂਜੀ ਨੈਕਸਟ ਸੁਣਾਓ, ਪਾਠ ਕਰੋ, ਵਾਹਿਗੁਰੂ 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 ਕਰ ਜਾਂਦੇ, ਜੈ ਜੈਕਾਰ ਕਰੋ, ਉਹਦੀ ਉਹਦੀ ਜੈ ਜੈਕਾਰ, ਮਹਾਰਾਜ ਕਿਰਪਾ ਕਰ। ਹਾਂਜੀ